ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਵਾਗਤ ਕਰ ਰਿਹਾ ਤੁਹਾਡਾ ਆਪਣੀ ਇਸ ਵੀਡੀਓ ਦੇ ਵਿੱਚ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂਗੇ, ਮੈਂ ਇਸ ਟਾਈਮ ਖੜਾਂਗਾ ਮੌੜ ਵਿਖੇ। ਮੌੜ ਬਾਈ ਰਾਮ ਹੋਰਾਂ ਦਾ ਕੰਮ ਹੈਗਾ, SCR ਰੋਟਾਵੇਟਰ ਦੇ ਨਾਮ ਦੇ ਉੱਤੇ, ਇਹਨਾਂ ਦਾ ਐਗਰੋ ਇੰਡਸਟਰੀ ਦੇ ਨਾਮ ਦੇ ਉੱਤੇ ਇਹਨਾਂ ਦਾ ਮਤਲਬ ਬ੍ਰਾਂਡ ਚੱਲ ਰਿਹਾ ਹੈਗਾ। ਰੋਟਾਵੇਟਰ, ਲੇਜ਼ਰ ਲੈਵਲਰ, ਸਪਰੇ ਵਾਲੇ ਪੰਪ ਹੋ ਗਏ, ਇਹ ਚੀਜ਼ਾਂ ਦਾ ਵਿੱਚ ਬਾਈ ਪ੍ਰੋਫੈਸ਼ਨਲ ਨੇਗੇ। ਅਤੇ ਆਪਾਂ ਗੱਲਬਾਤ ਕਰਦੇ ਹਾਂ, ਅਤੇ ਇੱਕ ਜਿਹੜੀ ਸਭ ਤੋਂ ਖਾਸ ਗੱਲ ਹੈਗੀ ਕਿ ਬਾਈ ਹੋਰਾਂ ਨੇ ਜਿਹੜੇ ਪ੍ਰਾਈਜ਼ ਨੇਗੇ ਉਹ ਬਹੁਤ ਜ਼ਿਆਦਾ ਠੀਕ ਰੱਖੇ ਹੋਏ ਨੇਗੇ, ਰੀਜ਼ਨੇਬਲ ਨੇਗੇ, ਤਾਂ ਕਿ ਹਰ ਇੱਕ ਫਾਰਮਰ ਨੂੰ ਇਹ ਚੀਜ਼ ਖਰੀਦਣੀ ਜਿਹੜੀ ਸੌਖੀ ਰਹੇ। ਸੋ ਹਰ ਇੱਕ ਚੀਜ਼ ਦਾ ਤੁਹਾਨੂੰ ਪ੍ਰਾਈਜ਼ ਵੀ ਦੱਸਾਂਗੇ। ਗੱਲਬਾਤ ਕਰਦੇ ਹਾਂ ਬਾਈ ਰਾਮ ਹੋਰਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਕੀ ਹਾਲ ਹੈ? ਬਹੁਤ ਮਿਹਰਬਾਨੀ ਬਾਈ ਜੀ, ਤੁਹਾਡੇ ਕੋਲ ਪਹੁੰਚੇ। ਅਤੇ ਬਾਈ ਆਪਾਂ ਗੱਲ ਕਰੀਏ, ਜਿਵੇਂ ਹੁਣ ਤੁਸੀਂ ਇਸ ਟਾਈਮ ਆਹ ਰੋਟਾਵੇਟਰ ਲੈਣ ਆਏ ਹੋਏ ਨੇਗੇ ਕੁਝ ਫਾਰਮਰ ਨੇਗੇ, ਅਤੇ ਮੇਰਾ ਖਿਆਲ ਇਹਨਾਂ ਕੋਲ ਪੰਜਵਾਂ ਰੋਟਾਵੇਟਰ ਜਾ ਰਿਹਾ। ਪੰਜਵਾਂ ਜਾ ਰਿਹਾ, ਬਾਕੀ ਬਾਈ ਜੀ ਹੋਰਾਂ ਨੂੰ ਪੁੱਛ ਲਓ ਜੀ ਇਹਨਾਂ ਨਾਲ। ਅੱਛਾ, ਕਿੰਨੇ ਰੋਟਾਵੇਟਰ ਚਲੇ ਗਏ ਜੀ ਪਹਿਲਾਂ? ਪੰਜਵਾਂ ਬਾਈ। ਅੱਛਾ, ਚਾਰ ਪਹਿਲਾਂ ਲੈ ਗਏ। ਚਾਰ ਪਹਿਲਾਂ ਲੈ ਗਏ, ਠੀਕ ਹੈ। ਪਹਿਲਾਂ ਕਿਆ ਕਿਆ ਪੁੱਟੇ ਗਏ ਨੇ? ਪਹਿਲਾਂ ਅੱਠ ਅੱਠ ਜੀ। ਅੱਠ ਅੱਠ, ਠੀਕ ਹੈ। ਅਤੇ ਅੱਜ ਇਹ ਕਿੰਨੇ ਫੁੱਟਾਂ ਜਾ ਰਿਹਾ ਹੈਗਾ? ਇਹ ਵੀ ਅੱਠ ਫੁੱਟ ਹੀ ਜਾ ਰਿਹਾ ਹੈਗਾ। ਅਤੇ ਕਿੱਦਾਂ ਲੱਗੀ ਵੈਸੇ ਪਰਫੋਰਮੈਂਸ? ਚਲਾਇਆ ਲੱਗੀ ਤਾਂ ਹੀ ਆਏ ਹਾਂ, ਜੇ ਨਹੀਂ ਤਾਂ ਪਹਿਲੇ ਵਾਰੀ ਦੰਦ ਖੱਟੇ ਹੋ ਜਾਂਦੇ। ਹਾਂ, ਪੂਰਾ ਵਧੀਆ ਚੱਲਿਆ ਜਾਣੀ, ਪੂਰਾ ਵਧੀਆ। ਕੋਈ ਸਰਵਿਸ ਦੀ ਬਾਈ ਹੋਰਾਂ ਵੱਲੋਂ ਕੋਈ ਦਿੱਕਤ ਰਹੀ ਹੋਵੇ ਦੱਸ ਦਿਓ। ਅੱਜ ਤਾਂ ਇੱਥੇ ਆਉਣ ਦੀ ਵੀ ਜ਼ਰੂਰਤ ਨਹੀਂ ਹੈਗੀ, ਆਪਾਂ ਫੋਨ ਤੇ ਵੀ, ਠੀਕ ਹੈ, ਗੱਲ ਤੇ ਆਉਣ ਨਾਲ ਵੀ ਇੱਕੋ ਹੀ ਗੱਲ ਹੈ, ਸਹੀ ਹੈ। ਅਤੇ ਆ ਜਾਓ ਵੀਰੋ, ਬਾਕੀ ਤੁਹਾਨੂੰ ਦਿਖਾਉਣੇ ਆਗੇ ਜਿਹੜੇ ਰੋਟਾਵੇਟਰ ਉੱਧਰ ਪਏ ਨੇਗੇ, ਅਤੇ ਸਾਰੀਆਂ ਚੀਜ਼ਾਂ ਹੀ ਨੇਗੀਆਂ। ਅਤੇ ਆ ਜਾਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਪ੍ਰਾਈਸ ਦੇ ਬਾਰੇ। ਰਾਮ ਬਾਈ, ਕਿੰਨਾ ਟਾਈਮ ਹੋ ਗਿਆ ਵੈਸੇ ਤੁਹਾਨੂੰ ਇਸ ਫੀਲਡ ਦੇ ਵਿੱਚ? ਜੀ ਸਾਲ ਹੋਣ ਵਾਲਾ ਜੀ, ਲੱਗਦਾ ਇੱਕ ਸਾਲ ਹੋਣ ਵਾਲਾ। ਹਾਂ, ਇੱਕ ਸਾਲ ਹੋਇਆ ਨਹੀਂ? ਅਪ੍ਰੈਲ 'ਚ ਹੋ ਜੂਗਾ ਜੀ ਸਾਲ ਸਾਡਾ, ਠੀਕ ਹੈ। ਅਤੇ ਹੁਣ ਤੱਕ ਦਾ ਕਿਵੇਂ ਰਿਹਾ ਸਫ਼ਰ, ਜਿਹੜਾ ਆਪਾਂ ਕਹਿ ਦਈਏ 9-10 ਮਹੀਨਿਆਂ ਦਾ? ਬਾਈ ਜੀ, ਕਿਸਾਨ ਭਰਾਵਾਂ ਦਾ ਤੁਸੀਂ ਦੇਖ ਹੀ ਰਹੇ ਹੋ, ਬਹੁਤ ਸਹਿਯੋਗ ਹੈ। ਅਤੇ ਅਸੀਂ ਮਤਲਬ 500 ਦੇ ਕਰੀਬ ਅਸੀਂ ਰੋਟਾਵੇਟਰ ਸੇਲ ਕਰ ਚੁੱਕੇ ਇਦੋਂ ਪਹਿਲਾਂ ਜੀ, ਠੀਕ ਹੈ। ਹੁਣ ਦੇਖ ਰਹੇ ਹਾਂ ਬਾਬੇ ਦੀ ਕਿਰਪਾ 'ਤੇ ਭਰਾਵਾਂ, ਜ਼ਿਮੀਂਦਾਰਾਂ ਦਾ ਸਾਥ ਚਾਹੀਦਾ ਹੋਰ। ਅਤੇ ਇਹਦੇ ਵਿੱਚ ਕਾਰਨ ਕੀ ਮੰਨਦੇ ਹੋਗੇ, ਜਿਵੇਂ ਆਪਾਂ ਕਹਿ ਦਈਏ ਵੀ ਇਸ ਟਾਈਮ ਐਗਰੀਕਲਚਰ ਦੇ ਵਿੱਚ ਹਰ ਇੱਕ ਚੀਜ਼ ਦੀ ਸੇਲ ਰੁਕੀ ਪਈ ਹੈਗੀ, ਤੁਸੀਂ 500 ਪੀਸ ਕੱਢ ਚੁੱਕੇ ਹੋਗੇ SCR ਦੇ ਵਿੱਚ, ਕੀ ਕਾਰਨ ਮੰਨਦੇ ਹੋ ਇਸ ਚੀਜ਼? ਬਾਈ ਜੀ, ਇੱਕ ਤਾਂ ਸਾਡਾ ਰੇਟ ਬਹੁਤ ਘੱਟ ਹੈ ਜੀ, ਅਤੇ ਦੂਜੀ ਗੱਲ ਇਹ ਹੈ ਵੀ ਜਿਹੜੀ ਚੀਜ਼ ਸਾਡੀ ਕੁਆਲਿਟੀ ਹੈ, ਗਰੰਟੀ ਵਰੰਟੀ ਨਾਲ ਦੇ ਰਹੇ ਹਾਂ ਅਸੀਂ ਸਾਰਾ ਕੁਝ, ਠੀਕ ਹੈ। ਆਪਾਂ ਆਪ ਜ਼ਿਮੀਂਦਾਰ ਹਾਂ ਬਾਈ, ਸਭ ਸਮਝਦੇ ਹਾਂ ਵੀ ਜ਼ਿਮੀਂਦਾਰ ਦਾ ਦਰਦ ਕਿਵੇਂ ਪੈਸਾ ਬਣਦਾ, ਅਤੇ ਇਸ ਕਰਕੇ ਸਾਡਾ ਰੇਟ ਬਹੁਤ ਜੈਨੂਅਨ ਜਿਹਾ ਰੱਖਿਆ ਹੋਇਆ, ਵੀ ਥੋੜ੍ਹੇ ਮਾਰਜਨ 'ਤੇ ਬਾਈ, ਉਸ ਕਰਕੇ ਸੇਲ ਜ਼ਿਆਦਾ ਹੋਈ ਜਾਂਦੀ ਸਾਡੀ। ਬਾਬੇ ਜੀ ਦੀ ਕਿਰਪਾ ਰਹੀ ਹੈ ਕਿ ਬਾਈ ਜੀ ਹੋਸਟਨ ਭੇਜਤੇ ਅਮਰੀਕਾ। ਅੱਛਾ, ਹਾਂਜੀ ਹਾਂਜੀ ਬਾਈ, ਮਤਲਬ ਦੂਰ ਦੂਰ ਤੱਕ ਮਾਰ ਮਾਰ ਦੂਰ ਦੂਰ ਤੱਕ ਬਾਈ ਜੀ। ਚਲੋ, ਤਾਂ ਹੁਣ ਸਾਰੀ ਆਪਣਾ ਸਟੇਟਾਂ ਜਾਂਦੇ ਆ, MP ਇੱਥੇ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਇੱਥੇ ਤਾਂ ਨੋਰਮਲੀ ਜੀ ਇੱਥੇ ਤਾਂ ਬਾਈ ਜੀ। ਅਤੇ ਇਹ ਐਡੀ ਦੂਰ ਤੱਕ ਲਿੰਕ ਕਿਵੇਂ ਬਣ ਗਏ? ਬਸ ਬਾਈ ਜੀ, ਗਾਹਾਂ ਦੀ ਗਾਹਾਂ ਅੱਗੇ ਦੱਸੀ ਜਾਂਦੇ, ਲੋਕ ਵੀ ਜੁੜੀ ਜਾਂਦੇ ਨਾਲ। ਅੱਗੇ ਜਿਵੇਂ ਕੱਲ੍ਹ ਆਏ ਸੀਗੇ ਬਾਈ, ਉਰੇ ਉੱਤਰਾਖੰਡ ਤੋਂ, ਰਵਾੜੀ ਤੋਂ ਵੀ ਆਏ ਕੱਲ੍ਹ। ਅੱਛਾ, ਇੱਕ ਉੱਤਰਾਖੰਡ ਤੋਂ ਆਏ ਸੀਗੇ, ਉਹਨਾਂ ਨੇ ਵੀ ਬਸ ਅੱਗੇ, ਉਹਨਾਂ ਕੋਈ ਦੋਸਤ ਮਿੱਤਰ ਲੈ ਗਿਆ ਸੀ, ਉਹਨਾਂ ਨੇ ਦੱਸਿਆ ਜੀ ਕੱਲ੍ਹ, ਫਿਰ ਉਹ ਆ ਕੇ ਲੈ ਕੇ ਗਏ ਨੇ 2 ਰੁਪਏ। ਠੀਕ ਹੈ, ਜਾਣੀ ਮਾਊਥ ਟੂ ਮਾਊਥ ਜਿਹੜੀ ਹੋ ਰਹੀ ਹੈ। ਹਾਂਜੀ ਬਾਈ ਜੀ, ਕੋਈ ਚੀਜ਼ ਚੰਗੀ ਤਾਂ ਹੀ ਅਗਲਾ ਅੱਗੇ ਦੱਸੀ ਜਾਂਦਾ ਵੀ ਯਾਰ ਠੀਕ ਹੈ, ਰੇਟ ਸਹੀ ਹੈ ਵੀ ਲੈ ਲਓ, ਨਹੀਂ ਤਾਂ ਅਗਲਾ 10 ਨੂੰ ਰੋਕ ਵੀ ਦਿੰਦਾ ਵੀ ਯਾਰ ਉੱਥੇ ਨਾ। ਬਿਲਕੁਲ, ਕਹਿਣਾ ਹੀ ਆ ਤਾਂ ਫਿਰ, ਬਿਲਕੁਲ ਜਾਇਜ਼ ਗੱਲ ਆ ਤਾਂ। ਸਹੀ ਹੈ। ਅਤੇ ਆ ਜੋ, ਤੁਹਾਨੂੰ ਰੋਟਾਵੇਟਰ ਦਿਖਾਉਣੇ ਆ ਜਿਹੜੇ ਬਾਈ ਹੋਰੀ, ਕਿੰਨੇ ਸਾਈਜ਼ ਤੋਂ ਲੈ ਕੇ ਤੁਸੀਂ? ਬਾਈ ਜੀ, ਆਪਣੇ ਕੋਲ 5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਮਿਲਣਗੇ ਜੀ। ਠੀਕ ਹੈ। ਆਹ ਤਾਂ ਜਿਵੇਂ ਸਪੈਸ਼ਲ ਬਾਈ ਜੀ ਬਾਗਾਂ ਵਾਲਾ ਏਰੀਆ ਨਾ, ਜਿਵੇਂ ਆਪਣਾ ਇੱਧਰ ਗੰਗਾ ਨਗਰ ਸਾਈਡ, ਅੰਬੋਹਰ ਸਾਈਡ, ਸਾਰੇ ਉੱਧਰ ਜਾਂਦੇ ਬਾਗ, ਇੱਕ ਸਾਈਡ 'ਤੇ ਚੱਲਦਾ ਹੈ। ਅੱਛਾ, ਇਹ ਮਤਲਬ ਇੱਕ ਸਾਈਡ 'ਤੇ ਚੱਲਦਾ? ਹਾਂ, ਟਰੈਕਟਰ ਇਡਲੀ ਸਾਈਡ ਚੱਲੂਗਾ ਜੀ, ਇਹ ਬਾਗ ਦੇ ਬੂਟਿਆਂ ਥੱਲੇ ਚੱਲਦਾ, ਥੱਲੇ ਚੱਲੂਗਾ। ਇਹ ਵੱਡੇ ਸਾਈਜ਼ 'ਚ ਵੀ ਹੁੰਦਾ ਜਿਵੇਂ ਉਹ ਤਾਂ ਸੈਂਟਰ ਵਾਲੀ ਹੈ ਜੀ, ਪਰ ਉਹ ਬਾਗ 'ਚ ਨਹੀਂ ਚੱਲਦੇ ਐਡੇ ਵੱਡੇ। ਠੀਕ ਹੈ। ਹਾਂ, ਵੈਸੇ ਆਪਣਾ 10 ਫੁੱਟ ਆ ਵੀ, ਜਿਵੇਂ ਇੱਥੇ ਨੋਰਮਲ ਆਪਣੇ ਇੱਧਰ ਚੱਲਦੇ ਆ ਤਾਂ ਉਸ ਤਰ੍ਹਾਂ ਹੀ ਦੀ ਆ, ਉਸ ਤਰ੍ਹਾਂ ਹੀ ਚੱਲਦੇ ਆ। ਅਤੇ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ, ਜਿਵੇਂ ਆਹ ਮੇਰਾ ਖਿਆਲ ਸਾਈਜ਼ 7 ਫੁੱਟ ਆ ਜੀ, 7 ਫੁੱਟ ਇਹ ਡਬਲ ਵਾਲੇ 'ਚ ਆ ਗਏ? ਡਬਲ ਸ਼ਾਫਟ ਆ ਜੀ, ਡਬਲ ਸ਼ਾਫਟ ਬਾਈ ਜੀ, 1-15 ਦਾ ਆਪਣੇ ਕੋਲ। ਅੱਛਾ, ਅਤੇ ਜਿੱਦਾਂ ਬਾਈ ਤੁਸੀਂ ਹੁਣ ਆਪਾਂ ਤੁਸੀਂ ਖੁਦ ਵੀ ਜ਼ਿਮੀਂਦਾਰ ਹੋ, ਤੁਸੀਂ ਖੁਦ ਵੀ ਚਲਾਇਆ ਹੋ, ਸਿੰਗਲ ਅਤੇ ਡਬਲ ਵਾਲੇ ਦੇ ਵਿੱਚ ਫਰਕ ਲੱਗਿਆ ਕੋਈ ਪਹਿਲਾਂ? ਇਹ ਬਾਈ ਥੋੜ੍ਹਾ ਸੌਖਾ ਰਹਿੰਦਾ ਹੈ ਟਰੈਕਟਰ ਜੀ। ਠੀਕ ਹੈ। ਅਤੇ ਮਿੱਟੀ ਜ਼ਿਆਦਾ ਬਰੀਕ ਹੁੰਦੀ ਹੈ, ਫਿਊਲ ਖਪਤ ਥੋੜ੍ਹੀ ਜਿਹੀ ਘੱਟ ਹੈ ਇਹਦੇ ਨਾਲ, ਘੱਟ ਹੈ। ਹਾਂਜੀ। ਅਤੇ ਜਿਵੇਂ ਆਪਾਂ ਕਹਿ ਦਈਏ ਵੀ ਨੋਰਮਲੀ ਇੱਕ ਟਰੈਕਟਰ ਹੈਗਾ, ਮੰਨ ਲਓ 55 HP ਦਾ ਹੈਗਾ, ਉਹਦੇ ਉੱਤੇ ਆਪਾਂ 8 ਫੁੱਟ ਚਲਾਉਣੇ ਆਗੇ ਰੋਟਾਵੇਟਰ, ਹਾਂਜੀ ਬਾਈ, ਤਾਂ ਉਹਦੇ ਵਾਸਤੇ ਇਹ ਥੋੜ੍ਹਾ ਜਿਹਾ ਵੱਡਾ ਵੀ ਰਿਕਮੈਂਡ ਹੋ ਜਾਂਦਾ ਜੇ ਆਪਾਂ ਕਹੀਏ? ਬਿਲਕੁਲ ਬਾਈ ਜੀ, ਬਾਕੀ ਮਿੱਟੀ 'ਤੇ ਡਿਪੈਂਡ ਕਰਦਾ ਜੀ ਕਿਵੇਂ ਦੀ ਹੈ, ਜਿਵੇਂ ਹੁਣ ਬਾਈ ਛੱਟੀਆਂ ਛੁੱਟੀਆਂ ਬਹੁਣ ਲੱਗ ਜਾਂਦੇ ਨੇ, ਪਰ 9-10 ਫੁੱਟ ਅਗਰ ਟਰੈਕਟਰ ਛੋਟੇ ਮਗਰ ਫਿਰ ਤਾਂ ਛੱਟੀਆਂ ਬਹੁਣ ਵਾਸਤੇ ਇਹ ਠੀਕ ਹੈਗਾ ਡਬਲ ਵਾਲਾ? ਇਹ ਬਾਈ ਜੀ ਹਜੇ ਟ੍ਰਾਇਲ ਦੀ ਨਾ ਵੇ ਕਦੀ ਕਰਾਂ, ਹੁਣ ਅਸੀਂ ਇਹਨੂੰ ਟਰਾਈ ਕਰ ਰਹੇ ਹਾਂ। ਕਰ ਰਹੇ ਹੋ? ਕਰ ਰਹੇ ਹਾਂ।
ਬਾਕੀ ਕੰਪਨੀਆਂ ਨਾਲ ਕਹਿ ਲਈਏ ਆਪਾਂ ਜਾਂ ਹੋਰ ਨੇਗੇ ਰੋਟਾਵੇਟਰ ਜਿਹੜੇ ਮੈਨੂਫੈਕਚਰਰ ਨੇਗੇ ਉਹ ਰੇਟ ਇੰਨਾ ਜ਼ਿਆਦਾ ਕਿਉਂ ਲੈ ਰਹੇ ਨੇ ਤੁਸੀਂ ਇੰਨਾ ਘੱਟ ਕਿਵੇਂ ਅਵੇਲੇਬਲ ਕਰਵਾ ਰਹੇ ਹੋ ਬਈ ਤੁਹਾਨੂੰ ਦੱਸ ਕੇ ਹਟੇ ਪਹਿਲਾਂ ਜ਼ਿਮੀਦਾਰਾਂ ਦਾ ਸਾਨੂੰ ਗੱਲ ਸਮਝਦੇ ਹਾਂ ਅਸੀਂ ਇਹ ਤੁਸੀਂ ਹੋਰ ਦੇਖ ਲਿਓ ਕੰਪਨੀਆਂ 'ਚ ਜੀ ਐਨ ਦਾ ਗੇਅਰ ਦੇਖ ਲਿਓ ਮਲਟੀ ਸਪੀਡ ਆ ਉਹ ਤੁਹਾਨੂੰ ਲੱਖ ਪਲੱਸ ਮਿਲੂਗਾ ਬਿਲਕੁਲ ਬਿਲਕੁਲ ਜੀ ਹਾਂ ਅਤੇ ਇਹਦਾ ਬਈ ਪੌਣੇ 6 ਕੁਇੰਟਲ ਵਜ਼ਨ ਹੈ ਠੀਕ ਹੈ ਹਾਂਜੀ ਬਲੇਡਾਂ ਦੀ ਅੱਧੀ ਘਸਾਈ ਤੱਕ ਦੀ ਗਰੰਟੀ ਦਿੰਦੇ ਹਾਂ ਬਾਈ ਜੀ ਕਿਸੇ ਕਾਰਨ ਟੁੱਟ ਜਾਂ ਨਵਾਂ ਦੇਵਾਂਗੇ ਠੀਕ ਹੈ ਗੇਅਰ ਦੀ ਸਾਈਡ ਗੇਅਰ ਦੀ ਅਗਲੇ ਘਰ ਤੱਕ ਅਸੀਂ ਪਹੁੰਚ ਕਰਦੇ ਹਾਂ ਜੇ ਬਾਈ ਚਾਂਸ ਕੋਈ ਪ੍ਰੋਬਲਮ ਆਉਂਦੀ ਹੈ ਬਾਈ ਸਿਰ ਮੱਥੇ ਗੱਲ ਕੋਈ ਚੱਕਰ ਨਹੀਂ ਘਰੇ ਜਾ ਕੇ ਅਸੀਂ ਠੀਕ ਕਰਕੇ ਆਵਾਂਗੇ ਠੀਕ ਹੈ ਹਾਂਜੀ ਮਤਲਬ ਆਪਾਂ ਕਹਿ ਲਈਏ ਵੀ ਇੱਕ ਤਰ੍ਹਾਂ ਤੁਸੀਂ ਸੇਲ ਜ਼ਿਆਦਾ ਕੱਢ ਦੋਗੇ ਕੱਢਦੇ ਹਾਂਜੀ ਵੀ ਆਪਾਂ ਪਰ ਹਰ ਇੱਕ ਕਸਟਮਰ ਨੂੰ ਜਾਇਜ਼ ਪਵੇ ਜਾਇਜ਼ ਪਵੇ ਅਤੇ ਆਪਾਂ ਇਹਦੀ ਬੂਮ ਸਪਰੇਅਰ ਦੀ ਗੱਲ ਕਰੀਏ ਜਿਹੜਾ ਆਟੋਮੈਟਿਕ ਰੋਟੇਟ ਕਰਨ ਵਾਲਾ ਉਹੀ ਹੈ ਨਾ ਇਹ ਹਾਂਜੀ ਹਾਂਜੀ ਬਾਈ ਅਤੇ ਇਹਦਾ ਕੀ ਤੁਸੀਂ ਪ੍ਰਾਈਜ਼ ਰੱਖ ਦਿਓਗੇ ਇਹਦਾ ਬਾਈ ਜੀ ਅਲੱਗ ਅਲੱਗ ਰੇਟ ਆ ਜੀ ਜਿਵੇਂ ਗੰਨਾ ਦਾ ਪੈ ਜਾਂਦਾ ਵੈਸੇ ਬਾਈ ਜਿਹੜਾ ਆਪਾਂ ਨੋਰਮਲ ਡਰੰਮ ਦੇਖਦੇ ਹਾਂ 42,000 ਦਾ ਜੀ ਠੀਕ ਹੈ ਬਿਨਾਂ ਪੈਪ ਤੇ ਗੰਨ ਤੋਂ ਪੰਪ ਲਾ ਕੇ ਦੇਵਾਂਗੇ ਅੱਛਾ ਜਿਵੇਂ ਬੂਮ ਦਾ ਪੈਂਦਾ ਉਹ ਥੋੜਾ ਥੋੜਾ ਅਲੱਗ ਅਲੱਗ ਹੋਈ ਜਾਂਦਾ ਜੀ ਅਲੱਗ ਅਲੱਗ ਹੋਈ ਜਾਂਦਾ ਮਤਲਬ ਸਿੰਪਲ ਵੀ ਹੈ ਤੇ ਉਹ ਦੂਸਰਾ ਆਪਣਾ ਹਿੱਸੇ ਟਾਇਰ ਵਾਲਾ ਵੀ ਤੁਹਾਡੇ ਕੋਲੇ ਅਵੇਲੇਬਲ ਹੁੰਦਾ ਹਾਂਜੀ ਹਾਂਜੀ ਇਹ ਡਬਲ ਸ਼ਾਫਟ ਹੈ ਜੀ 8 ਫੁੱਟ ਆ ਜੀ 8 ਓਕੇ ਇਹਦਾ ਕੀ ਤੁਸੀਂ ਪ੍ਰਾਈਜ਼ ਰੱਖਿਆ ਇਹਦਾ 2,50,000 ਰੁਪਏ ਜੀ ਠੀਕ ਹੈ ਇਹ ਸੇਮ ਹੀ ਮਾਡਲ ਆ ਗਿਆ ਕੱਲਾ ਪੇਂਟ ਦਾ ਫਰਕ ਹੈ ਪੇਂਟ ਦਾ ਬਈ ਜੀ ਦੂਜਾ ਪਾਊਡਰ ਕੋਟਿੰਗ ਪੇਂਟ ਹੈ ਪੀਯੂ ਪੇਂਟ ਹੈ ਅੱਛਾ ਹਾਂਜੀ ਹਾਂਜੀ ਜਿਹੜਾ ਗ੍ਰੀਨ ਵਾਲਾ ਉਹ ਪਾਊਡਰ ਕੋਟਿੰਗ ਪੇਂਟ ਤੇ ਪੇਂਟ ਦੀ ਕੁਆਲਿਟੀ ਤਾਂ ਇਹਦੀ ਬਹੁਤ ਵਧੀਆ ਯਾਰ ਉਹ ਤਾਂ ਹੈ ਬਈ ਜੀ ਬਸ ਜਿਵੇਂ ਥੋੜਾ ਬਹੁਤ ਮਤਲਬ ਕੋਈ ਪਤਾ ਨਹੀਂ ਲੱਗ ਰਿਹਾ ਜੱਜਮੈਂਟ ਨਹੀਂ ਹੋ ਰਹੀ ਪੀਯੂ ਆ ਕੇ ਪਾਊਡਰ ਕੋਟਿੰਗ ਆ ਕੀ ਫਰਕ ਹੈਗਾ ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਮਤਲਬ ਜੇ ਕੋਈ ਹੁਣ ਕਿਸਾਨ ਵੀਰ ਇਹਨੂੰ ਦੂਰ ਨੇੜੇ ਤੋਂ ਦੇਖ ਰਿਹਾ ਵੀਡੀਓ ਨੂੰ ਮੰਨ ਲਓ ਕੋਈ ਹਰਿਆਣੇ ਤੋਂ ਦੇਖੀ ਜਾਂਦਾ ਜਾਂ ਕੋਈ ਯੂਪੀ ਤੋਂ ਵੇਖੀ ਜਾਂਦਾ ਗਾ ਉੱਥੇ ਤੱਕ ਫਿਰ ਪਹੁੰਚਾ ਦਿੰਦੇ ਹੋ ਅਗਲੇ ਬਿਲਕੁਲ ਬਾਈ ਜੀ ਕਿਹੜਾ ਸਾਨੂੰ ਮਤਲਬ ਸਾਈ ਤੌਰ ਤੇ ਥੋੜੀ ਪੇਮੈਂਟ ਕਰ ਦਿਓ ਜੀ ਠੀਕ ਹੈ ਠੀਕ ਹੈ ਮਤਲਬ ਪੂਰੀ ਪੇਮੈਂਟ ਵੀ ਨਹੀਂ ਪੂਰੀ ਪੇਮੈਂਟ ਵੀ ਕੋਈ ਚੱਕਰ ਨਹੀਂ ਬਾਈ ਉੱਥੇ ਜਦੋਂ ਪਹੁੰਚ ਗਿਆ ਦੂਜੀ ਪੇਮੈਂਟ ਉਦੋਂ ਕਰ ਦਿਓ ਮਤਲਬ ਜਦੋਂ ਉੱਥੇ ਅਗਲੇ ਦੇ ਘਰੇ ਪਹੁੰਚ ਜੂਗਾ ਉਦੋਂ ਬਿਲਕੁਲ ਬਿਲਕੁਲ ਬਾਈ ਇੰਨੇ ਕਸਟਮਰ ਨਾਲ ਜੁੜੇ ਆ ਜੀ ਅਸੀਂ ਕੰਮ ਵਧਾਉਣ ਵਾਸਤੇ ਬੈਠੇ ਨਾ ਕਿ ਘਟਾਉਣ ਵਾਸਤੇ ਠੀਕ ਹੈ ਜੀ ਸਹੀ ਹੈ ਤੇ ਬੰਦੇ ਨੂੰ ਚਲੋ ਕਈ ਵਾਰੀ ਅੱਜ ਕੱਲ ਬਾਈ ਫਰਾਡ ਬਹੁਤ ਕੁਝ ਹੋਈ ਜਾਂਦਾ ਤੇ ਬੰਦਾ ਡੋਲਦਾ ਹੀ ਹੈ ਬਾਈ ਜੀ ਬਿਲਕੁਲ ਸਹੀ ਹੈ ਤੇ ਇਹ ਆਪਣਾ ਵੀਰੋ ਆ ਗਿਆ ਲੇਜ਼ਰ ਲੈਵਲਰ ਇਹ ਵਿਦ ਸਿਸਟਮ ਤੁਸੀਂ ਦਿੰਦੇ ਹੋ ਜਾਂ ਵਿਦਆਊਟ ਕਲੀ ਇਹ ਬਾਕੀ ਟੈਕ ਸਿਸਟਮ ਹੀ ਦਿੰਦੇ ਆ ਬਾਈ ਜੀ ਆਪਣੇ ਕੋਲ 2-30 ਤੋਂ ਸਟਾਰਟਿੰਗ ਹੈ ਜੀ ਠੀਕ ਹੈ ਹਾਂਜੀ ਕੰਪਲੀਟ ਦੀ ਕੰਪਲੀਟ ਇਹ ਕਿੰਨੇ ਫੁੱਟ ਦੇ ਵਿੱਚ ਹੈ ਇਹ 7 ਫੁੱਟ ਹੈ ਬਾਈ ਜੀ ਠੀਕ ਹੈ ਜਿਵੇਂ TND ਦਾ ਲਾ ਕੇ ਸਿਸਟਮ ਆਪਾਂ 2.5 ਲੱਖ ਦਾ ਦਿੰਦੇ ਆ ਇਹ ਮੋਰਨੀ ਬਕਟ ਚ ਜਿਹੜਾ ਦੂਜੀ ਬਕਟ ਆ ਮਤਲਬ ਸਟਾਰਟਿੰਗ ਪ੍ਰਾਈਸ ਸਟਾਰਟਿੰਗ ਆ ਜਾਣੀ 2-30 ਤੋਂ ਸਟਾਰਟਿੰਗ ਸਾਰੇ ਸਿਸਟਮ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਮਤਲਬ ਕਿਸੇ ਵੀ ਕੰਪਨੀ ਦਾ ਜੇ ਕੋਈ ਸਿਸਟਮ ਲੈਣਾ ਚਾਹੁੰਦਾ ਹੈਗਾ ਬੰਦਾ ਤਾਂ ਉਹ ਅਵੇਲੇਬਲ ਆ ਹਾਂਜੀ ਹਾਂਜੀ ਬਿਲਕੁਲ ਸੋ ਵੀਰੋ ਬਾਈ ਹੋਰਾਂ ਦਾ ਨੰਬਰ ਹੈਗਾ ਜਿਹੜਾ ਤੁਸੀਂ ਡਿਸਪਲੇ ਦੇ ਉੱਤੇ ਚੱਲਦਾ ਵੇਖ ਰਹੇ ਹੋਗੇ ਇਸ ਨੰਬਰ ਦੇ ਉੱਤੇ ਗੱਲਬਾਤ ਕਰਕੇ ਤੁਸੀਂ ਹੋਰ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ ਬਾਕੀ ਵਿੱਚ ਵੀਰੇ ਇਹ ਵੀ ਹੈ ਜਿਹੜੇ ਕਿਸੇ ਵੀਰ ਕੋਲੇ ਪੁਰਾਣੇ ਆ ਹਨਾ ਉਹ ਵੀ ਅਸੀਂ ਮਤਲਬ ਜੇ ਸਾਡੇ ਕੋਲ ਸਾਰੇ ਗੱਲ ਕਰਨੀ ਜਿਵੇਂ ਤੁਹਾਡੇ ਕੋਲੇ ਉਹ ਇੱਕ ਰੋਟਾਵੇਟਰ ਪਿਆਗਾ ਇਹ ਤੁਸੀਂ ਪੁਰਾਣਾ ਅਗਲੇ ਦਾ ਐਡਜਸਟ ਕਰ ਲੈਂਦੇ ਹੋ ਵਿੱਚ ਐਡਜਸਟ ਕਰ ਜੇ ਸਾਡੇ ਕੋਈ ਹਿਸਾਬ ਚਾਹੁੰਦਾ ਵੀਰੇ ਅਸੀਂ ਕਰ ਲੈਂਦੇ ਆ ਠੀਕ ਹੈ ਤਾਂ ਇਹ ਕਹਿੰਦੇ ਜ਼ਿਮੀਦਾਰ ਨੂੰ ਜੇ ਬਾਈ ਤੁਹਾਡੇ 2 ਪੈਸੇ ਵੱਧ ਬੱਟੇ ਜਾਂਦੇ ਸਾਨੂੰ ਕੀ ਖਰਚਾ ਵਿੱਚ ਹਾਂ ਤੇ ਪੁਰਾਣੇ ਤੁਹਾਡੇ ਕੋਲੇ ਪਏ ਵੀ ਹੁੰਦੇ ਹੋਣਗੇ ਰੋਟਾਵੇਟਰ ਪਏ ਵੀ ਹੁੰਦੇ ਹਾਂਜੀ ਬਾਈ ਠੀਕ ਕਟਾ ਜਾਂਦੇ ਨੇ ਮਤਲਬ ਉਹ ਵੀ ਕੋਈ ਲੈ ਸਕਦਾ ਜਿਹਨੂੰ ਕਿਸੇ ਪੁਰਾਣੀ ਲੋੜ ਬਿਲਕੁਲ ਬਿਲਜੀ ਬਿਲਕੁਲ ਜੀ ਸੋ ਵੀਰੋ ਸਾਰੀਆਂ ਆਪਸ਼ਨਾਂ ਬਾਈ ਨੇ ਆਪਾਂ ਨੂੰ ਦੇ ਦਿੱਤੀਆਂ ਤੇ ਜੇ ਕੋਈ ਤੁਹਾਡੀ ਕੋਈ ਇਨਕੁਆਇਰੀ ਆ ਗਈ ਤਾਂ ਤੁਸੀਂ ਬਾਈ ਹੋਰਾਂ ਨਾਲ ਫੋਨ ਦੇ ਉੱਤੇ ਗੱਲ ਜ਼ਰੂਰ ਕਰੋ ਇੱਕ ਵਾਰੀ ਆਪਾਂ ਕਹਿ ਦਈਏ ਵੀ ਜੇ ਤੁਸੀਂ ਰੋਟਾਵੇਟਰ ਲੈਣਾ ਗਾ ਬਾਈ ਹੋਰਾਂ ਕੋਲੇ ਗੇੜਾ ਜ਼ਰੂਰ ਮਾਰੋ ਮੌੜ ਵਾਲਾ ਜਿਹੜਾ ਮਤਲਬ ਮੇਨ ਚੌਂਕ ਹੈਗਾ ਜਿੱਥੋਂ ਆਪਾਂ ਤਲਵੰਡੀ ਰੋਡ ਮੁੜਦਾ ਗਾ ਉੱਥੇ ਬਾਈਆਂ ਦਾ ਜਿਹੜਾ ਆਪਾਂ ਕਹਿ ਦਈਏ ਇੱਕ ਦੇਸੀ ਜਾਂ ਜੱਟ ਸੌਦੇ ਵਾਲਾ ਸ਼ੋਰੂਮ ਹੈਗਾ ਠੀਕ ਹੈ ਤੁਸੀਂ ਇੱਥੇ ਵਿਜਿਟ ਜ਼ਰੂਰ ਕਰਿਓ ਲੰਘਦੇ ਆਉਂਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਜਾਵੇ ਮਿਹਰਬਾਨੀ ਜੀ